ਪੁਲਿਸ ਥਾਣਾ ਛੇਹਰਟਾ ਦੇ ਇਲਾਕਾ ਨਿਰਮਲਾ ਕਲੋਨੀ ਗਲੀ ਨੰਬਰ 2 ਦੇ ਵਿਚ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਦੇਰ ਰਾਤ ਪੁਰਾਣੀ ਰੰਜਿਸ਼ ਦੇ ਚਲਦਿਆਂ ਇਕ ASI ਨੇ ਦੂਜੇ ਪੁਲਿਸ ਹੌਲਦਾਰ ਦੇ ਉੱਤੇ ਤੇਜ਼ ਧਾਰ ਦਾਤਰ ਦੇ ਨਾਲ ਹਮਲਾ ਬੋਲ ਦਿੱਤਾ ਜਿਸ ਦੇ ਵਿਚ ਹੌਲਦਾਰ ਤਰਸੇਮ ਕੁਮਾਰ ਦੇ ਮੁੰਡੇ ਅਤੁਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਿਕਰਯੋਗ ਹੈ ਕਿ ਲੋਕਾਂ ਦੇ ਕਹਿਣ ਤੋਂ ਪਤਾ ਚੱਲਿਆ ਕਿ ਹਮਲਾ ਕਰਨ ਵਾਲਾ ਪੁਲਿਸ ਮੁਲਾਜ਼ਮ ਨਸ਼ੇ ਦੀ ਹਾਲਤ ਦੇ ਵਿਚ ਸੀ। ਹਵਲਦਾਰ ਤਰਸੇਮ ਸਿੰਘ ਪੁੱਤਰ ਮਨੋਹਰ ਲਾਲ ਵਾਸੀ ਨਿਰਮਲਾ ਨੇ ਦੱਸਿਆ ਕਿ ਕਰੀਬ ਸੋਮਵਾਰ ਰਾਤ ਨੂੰ 8:45 ਦੇ ਉੱਤੇ ਇਹ ਹਮਲਾ ਕੀਤਾ ਗਿਆ। ਮੇਰਾ ਨਾਮ ਤਰਸੇਮ ਕੁਮਾਰ ਜੀ, ਮੈਂ ਪੁਲਿਸ ਡਿਪਾਰਟਮੈਂਟ ਦੇ ਨੌਕਰੀ ਕਰਦਾ। ਬੀਤੀ ਰਾਤ ਮੈਂ ਆਪਣੀ ਡਿਊਟੀ ਤੋਂ ਬਾਹਰ ਘਰ ਹੋ ਰਿਹਾ ਜੀ। ਸਾਡੇ ਮੁਹੱਲੇ ਦਾ ਵਿਜੇ ਕੁਮਾਰ, ਜੋ ਵੀ ਸਾਡੇ ਮੈਂ ਇਹ ਨੌਕਰੀ ਕਰਦਾ, ਉਹ ਅਕਸਰ ਹੀ ਮੁਹੱਲੇਦਾਰਾਂ ਨੂੰ ਗਾਲਾਂ ਕੱਢ ਦਿੰਦਾ। ਆਪਣੇ ਬੂਹੇ ਦੇ ਬਾਹਰ ਬੈਠਣ ਦਾ ਦਾਰੂ ਨੇ ਪੀਤੀ ਹੁੰਦੀ ਹੈ। ਮੁਹੱਲੇਦਾਰ ਕਾਫੀ ਰੰਗ ਝਗੜੇ ਹੋ ਚੁੱਕੇ, ਪਰ ਮੁਹੱਲੇਦਾਰ ਨੂੰ ਇਹ ਨੌਕਰੀ ਵੇਖਦੇ ਛੱਡ ਦਿੰਦੇ, ਜਦੋਂ ਛੱਡੋ ਹੱਥ ਉੱਠਾ ਕਰਾ ਦਿੱਤੇ। ਰਾਤੀ ਵੀ ਪਹਿਲਾਂ ਮੈਨੂੰ ਨਾਲ ਕਹਿੰਦੇ ਗਾਲਾਂ ਕੱਢੀਆਂ, ਮੁੜੇ ਮੇਰਾ ਬੇਟਾ ਅਤੇ ਮੇਰਾ ਆਪਣੇ ਹੋਇਆ ਉਹਨਾਂ ਨੂੰ ਗਾਲਾਂ ਕੱਢੀਆਂ। ਜੇ ਇਹਨੂੰ ਕਾਰਨ ਪੁੱਛਿਆ, ਇਹਨੇ ਸਾਡੇ ਦੇ ਪੈਗਲ ਦੇ ਦੱਤ ਪੈ ਕੇ ਹਮਲਾ ਕਰਤਾ। ਮੇਰਾ ਮੁੰਡਾ ਜਿਹੜਾ ਮੈਨੇ ਉਹ ਬਚਾ ਲਿਆ ਸੀਗਾ, ਅਤੇ ਇਹਨੇ ਮੇਰੇ ਮੁੰਡੇ ਨੂੰ ਜ਼ਖਮੀ ਕਰਤਾ ਜੀ, ਦੱਤ ਇਹ ਮੱਥੇ 'ਤੇ ਸੱਟਾਂ ਲੱਗੀਆਂ। ਅਤੇ ਜੇਕਰ ਤੁਸੀਂ ਦੱਤ ਨਾ ਦੋਗੇ ਤਾਂ ਇਹਨੇ ਹੋਰ ਨੁਕਸਾਨ ਕਰ ਦੇਣਾ ਜੀ। ਇਹਦੇ ਬਾਰੇ ਪੁਲਿਸ ਤੋਂ ਇਤਲਾਹ ਦੇ ਦਿੱਤੀ ਆ, ਮੈਡੀਕਲ ਵਿਜਿਟ ਤੱਕ ਕਰਾ ਤਾ। ਬਾਕੀ ਮੁਹੱਲੇਦਾਰ ਇਹ ਦੇਖ ਰਹੇ ਨੇ ਕਿ ਇਹ ਬਾਰੇ ਕੀ ਕਰਨਾ ਵਾ, ਕਾਰਨ ਜੋ ਕਰਦੇ ਆ। ਇਹ ਪੁਲਿਸ ਡਿਪਾਰਟਮੈਂਟ ਦਾ ਮੁਹੱਲੇ ਤੁਸੀਂ ਵੈਰੀਫਾਈ ਕਰੋ, ਮੁਹੱਲੇ ਦੇ 10-15 ਲੋਕਾਂ ਨਾਲ ਝਗੜਾ, ਸਾਰਾ ਮੁਹੱਲਾ ਇਹਦੇ ਖਿਲਾਫ ਹੈ। ਕੋਈ ਵੀ ਮੁਹੱਲੇਦਾਰ ਨਾਲੇ ਤੋਂ ਤਾਂ ਬੜਾ ਚਾਹੀਦਾ, ਜੋ ਵੀ ਆ ਤੁਸੀਂ ਕੁਆਰੀ ਕਰਾਓ। ਇਹ ਇਸੇ ਗੱਲ ਦੇ ਲੜਕ ਰੱਖਦਾ, ਪਿੱਛੇ ਦੇ ਵੀ ਇਹਨੇ ਇੱਕ ਸਾਡੇ ਲਾਗੇ ਇੱਕ ਘਰ ਹੈ ਗੁਆਂਢੀਆਂ ਦਾ, ਉਹਨਾਂ ਨਾਲ ਝਗੜਾ ਕੀਤਾ। ਇਹ ਤਾਂ ਮੈਂ ਉਹਨੂੰ ਮੁੰਡੇ ਤੋਂ ਉਹਨੇ ਤਾਂ ਉਹਨਾਂ ਨੂੰ ਕਿਹਾ ਵਧੀਆ ਬੰਦੇ ਲੈਣ ਗਿਆ, ਅਤੇ ਮੈਂ ਉਹਦਾ ਫਲੋ ਗਿਆ ਚਲੋ ਬੰਦੇ ਲੈਣ ਗਿਆ, ਤਾਂ ਅਸੀਂ ਬੰਦੇ ਨਾਲ ਅੱਠ ਅੱਡਾ ਕਰਾ ਦੂੰਗੀ ਗੱਲ। ਇਹ ਇਸੇ ਗੱਲ ਦੇ ਲੜਕ ਰੱਖਦਾ ਵੀ ਤੁਸੀਂ ਕਿਉਂ ਉਹਨਾਂ ਦਾ ਮੇਰੇ ਲੜਾਈ ਦੇ ਵਿੱਚ ਉਹਨਾਂ ਨੂੰ ਕਿਉਂ ਉਹਨਾਂ ਦੀ ਕਿਸੇ ਦਾ ਮਦਦ ਕੀਤੀ ਮਤ, ਅਤੇ ਮੈਂ ਕੋਈ ਨਹੀਂ ਕੀਤੀ। ਮੈਂ ਤਾਂ ਕਿਹਾ ਵੀ ਚਲੋ ਲੜਾਈ ਨਾ ਹੋ ਜਾਵੇ, ਕਿਉਂਕਿ ਮੇਰੇ ਬਾਈ ਮੈਂ ਉਹਨੂੰ ਘਰ ਆਉਣਾ ਕਿਹਾ ਵੀ ਤੁਸੀਂ ਸਲਾਹ ਦਿਓ ਥਾਣੇ ਦਾ ਰਿਪੋਰਟ ਸੁਣ। ਇਹ ਉਸੇ ਗੱਲ ਦੀ ਵੀ ਲੜਕ ਰੱਖਦਾ। ਕਾਹਦੇ ਨਾਲ ਵਾਰ ਕੀਤਾ ਉਹਨੇ? ਦੱਤ ਮਾਰੇ ਜੀ, ਦੱਤ ਕਦੇ ਆਪਣੇ ਦੋਨਾਂ ਦਾ ਕੱਢ ਗਏ। ਅਸੀਂ ਤਾਂ ਬਿਲਕੁਲ ਖਾਲੀ ਹੱਥ ਨਾਲ, ਅਤੇ ਇਹ ਦੱਤ ਮੇਰੇ ਮੁੰਡੇ ਜੋ ਦੱਮ ਮਾਰ ਲੱਗਾ, ਮੇਰਾ ਮੁੰਡਾ ਹੋ ਗਿਆ, ਉਹਨੇ ਦੱਤ ਵੱਢ ਦੱਤ 'ਚ ਵੱਜ ਗਿਆ। ਫਿਰ ਦੋ ਤਿੰਨ ਵਾਰ ਕੀਤੇ, ਇੱਕ ਮੱਥੇ 'ਤੇ ਵੱਜਾ, ਦੂਜੇ ਹੱਥ ਵੱਜਾ, ਨਸ਼ੇ ਫਿਰ ਮੈਂ ਇਹਨੂੰ ਫੜ ਕੇ ਥੱਲੇ ਸੁੱਟ ਗਏ, ਅਤੇ ਮੈਂ ਆਪਣੇ ਭਰੇ ਕੋਲ ਦੱਤ ਉਹ ਜੇ ਦੱਤ ਬਣਾ ਖੋਲ੍ਹੇ ਦੇਖੋ, ਇਹਨੇ ਹੋਰ ਵੀ ਲਾ ਲਏ ਛੱਡਾ ਲਾ ਲਏ। ਕੋਈ ਹਥਿਆਰ ਵਗੈਰਾ ਵੀ ਹੈਗਾ ਸੀ ਤੂੰ? ਹਥਿਆਰ ਉਹ ਦੱਤ ਨਹੀਂ ਗਏ ਤਾਂ ਨਹੀਂ, ਕੋਈ ਰਿਵੋਲਵਰ ਵਾਲਾ ਰਿਵੋਲਵਰ ਨਹੀਂ ਝੂਠੇ ਕਹਿਣੇ ਜੋ ਜੋ ਦੱਤ ਨੇ ਕਹਿ ਲਈ ਦੱਤ ਨੇ ਮਾਰੇ, ਹੋਰ ਕੁਛ ਨਹੀਂ। ਕੋਈ CCTV ਫੁਟੇਜ ਆਈ ਤੁਹਾਡੇ ਕੋਲ? CCTV ਫੁਟੇਜ ਕਢਾ ਲਾਂਗੇ, ਮੈਨੂੰ ਲੋੜ ਪੈ ਰਹੀ ਦਿੰਦੇ ਦਾ ਪੇਸ਼ ਕਰਨ ਵਾਲਾ ਕੋਈ। ਇਹ ਕੀ ਹੈਗੀ ਆ, ਹੋਲਦਾ ਰਿਹਾ ASI ਫੜਾ ਕੇ ਪਹਿਲੋਂ ਪਰੇ ਕੀ ਸੀ ਬੜਾ ਥੋੜੀ ਜਿਹੀ ਰਹਿ ਜੀ। ਇਹ ਡਿਪਾਰਟਮੈਂਟ ਕਿੱਥੇ ਕਰ ਗਏ ਤੁਸੀਂ? ਅੰਮ੍ਰਿਤਸਰ ਸਿਟੀ ਦੀ ਡਿਊਟੀ ਕਿਤੇ ਪਹਿਲਾਂ ਤਾਂ ਵੀਜ਼ਾ ਤੇ ਹੁਣ ਅੰਮ੍ਰਿਤਸਰ ਸਿਟੀ ਵਿੱਚ ਕਰ ਗਏ। ਕੀ ਮੰਗੀ ਤੁਹਾਡੀ? ਮੰਗ ਦੀ ਜੀ, ਮੁਹੱਲੇਦਾਰ ਜਿੱਦਾਂ ਕਹਿਣਗੇ ਜਿੱਦਾਂ ਸਾਡੇ ਪੈ ਵਿਚਾਰ ਕਰ ਰਹੇ ਆ, ਕਈ ਵੀ ਚੁੱਕੇ ਆਉਂਦੇ ਛੱਡੋ, ਨੌਕਰੀ ਦਾ ਸਵਾਲ ਆ ਵੇਖਦੇ ਆ। ਬਾਕੀ ਆਪਣੇ ਅਫਸਰਾਂ ਨਾਲ ਵੀ ਉਹਨਾਂ ਨੂੰ ਨੁਸਖਿਆ ਦਾ, ਉਹ ਜਿੱਦਾਂ ਅਫਸਰ ਵੀ ਕਹਿਣਗੇ ਤਾਂ ਸਾਡੇ ਮੁਹੱਲੇ ਵਾਲੇ ਕਹਿਣਗੇ ਵੇਖਣਗੇ ਤਾਂ ਕੀ ਕਰਨਾ ਗੱਲ ਕੀਤਾ। ਕੱਲ੍ਹ ਮਿਤੀ 20/5 ਰਾਤ 19 ਨੂੰ 9 ਵਜੇ ਨਿਰਮਲਾ ਕਲੋਨੀ ਵਿੱਚ ਇੱਕ ਤਰਸੇਮ ਹੈੱਡ ਕਾਂਸਟੇਬਲ ਨੇ, ਉਹਨਾਂ ਦਾ ਲੜਕਾ ਅਤੁਲ ਜਿਹੜਾ ਉਹ ਆ ਰਿਹਾ ਸੀ ਆਪਣੇ ਘਰ, ਅਤੇ ਇੱਕ ASI ਉਹਨਾਂ ਦੀ ਗਲੀ ਵਿੱਚ ਇੱਕ ASI ਵਿਜੇ ਕੁਮਾਰ ਜਿਹੜਾ ਰਹਿੰਦਾ, ਜਿਹੜੇ ਉਹ ਲੰਘ ਰਹੇ ਸੀ। ਵਿਜੇ ਕੁਮਾਰ ਕੋਈ ਆਪਣੀ ਗਾਲਾਂ ਕੱਢ ਰਿਹਾ ਸੀਗਾ, ਅਤੇ ਉਹ ਬਾਅਦ ਦੇ ਵਿੱਚ ਉਹ ਆਪਣੇ ਪਿਤਾ ਨੂੰ ਲੈ ਕੇ ਉੱਥੇ ਗਿਆ, ਅਤੇ ਇਹਨੇ ਫਿਰ ਅੰਦਰੋਂ
ਪੁੱਛਿਆ ਵੀ ਤੂੰ ਮੈਨੂੰ ਗਾਲਾਂ ਕਿਉਂ ਕੱਢਦਾ, ਅਤੇ ਵਿਜੇ ਕੁਮਾਰ ਨੇ ਅੰਦਰੋਂ ਉਹਨੂੰ ਕੋਈ ਤਿੱਖੀ ਚੀਜ਼ ਦੇ ਨਾਲ ਉਹਦੇ 'ਤੇ ਵਾਰ ਕੀਤੇ, ਜਿਹੜੇ ਉਹਦੇ ਸਿਰ ਅਤੇ ਹੱਥ ਉੱਤੇ ਸੱਟਾਂ ਲੱਗੀਆਂ ਨੇ, ਅਤੇ ਜਿਹੜਾ ਉਹਨਾਂ ਨੂੰ ਇੱਥੋਂ ਡਾਕਟਰ ਜਿਹੜਾ ਦੇ ਦਿੱਤਾ, ਜਿਹੜਾ ਉਹ ਦੋਨਾਂ ਦੇ ਦੋਨਾਂ ਧਿਰਾਂ ਨੂੰ ਸੱਟਾਂ ਨੇ, ਲੇਕਿਨ ਉਹਨਾਂ ਡਾਕਟਰ ਦੇ ਕੇ ਅਸੀਂ ਉਹਨਾਂ ਸਿਵਲ ਹਸਪਤਾਲ ਮਲਾਜਾ ਕਰੋਨਾ 'ਤੇ ਭੇਜ ਦਿੱਤਾ ਸੀਗਾ। ਜਿਹੜੀ ਨੈਕਸਟ ਜਿਹੜੀ ਕਾਰਵਾਈ ਦੇ ਰਿਜ਼ਲਟ ਆਉਣ ਵਾਲਾ, ਜਿਹੜੀ ਨੈਕਸਟ ਜਿਹੜੀ ਕਾਰਵਾਈ ਜਿਹੜੀ ਹੈ ਇਹ ASI ਰੂਪਲਾਲ ਇੰਚਾਰਜ ਚੌਂਕੀ ਟਾਊਨ ਛਿਆੜਾ ਕਰ ਰਹੇ ਨੇ, ਅਤੇ ਜਿਹੋ ਜਿਹੀ ਸੂਰਤ ਹੋਏਗੀ ਅਸੀਂ ਕਾਰਵਾਈ ਕੀਤੀ। ਵਿਜੇ ਕੁਮਾਰ ਕੀ ਕਰਦਾ? ਵਿਜੇ ਕੁਮਾਰ ਇਹ ਪਤਾ ਲੱਗਾ ਵੀ ASI ਹੈ ਆਪਣੇ ਸਿਵਲ ਇੰਟਰਨ, ਕੋਈ ਇਸ ਬਾਰੇ ਕੋਈ ਮੈਂ ਕਹਿ ਨਹੀਂ ਸਕਦਾ ਤੁਹਾਨੂੰ ਇਸ ਬਾਰੇ ਜਿਹੜੀ ਤਫਤੀਸ਼ ਚੱਲ ਰਹੀ ਹੈ। ਨਹੀਂ ਇਸ ਬਾਰੇ ਕੁਛ ਕਹਿ ਤਾ ਸੀ, ਮੁਲਾਜ਼ਾ ਕਰਾਤਾ, ਜੋ ਮੁਲਾਜ਼ਮ ਵਿੱਚ ਆਊਗਾ ਫਿਰ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹਰਜੀਤ ਸਿੰਘ ਦੀ ਰਿਪੋਰਟ।